ਮੈਂ ਤੇਰਾ ਸੋਹਣਿਆ ਪੀਰਾ ਸੁੱਕੀ ਡਾਲੀ ਫਲ ਲੱਗੇ ਲਾਲ ਨੂੰ ਮੱਧੇ ਮਾਲੋਰੀਆਂ ਉਹ ਲਾਲ ਕਾਇਓ ਲੁਕਦੇ ਆ ਨਹੀਂ ਉਹ ਭੜਕ ਮਾਰਦੇ ਭਾਈ ਉਹ ਲੱਖ ਰੁਪਈਆ ਢੇਰੀ ਕਰੀਏ ਬੱਚੇ ਲੱਭਦੇ ਨਹੀਂ ਅਸਲਾਮ ਅਲੈਕੁਮ ਅਕਮਲ ਸ਼ਹਿਜ਼ਾਦ ਘੁੰਮਣ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਕਿ ਜਿੱਥੇ ਅਸੀਂ ਬੈਠੇ ਹਾਂ ਮੈਂ ਦੱਸਦਿਆਂ ਜਾਂ ਕਿ ਮੇਰੇ ਨਾਨਕਿਆਂ ਦਾ ਪਿੰਡ ਹੈ ਪਖਿਆਲਾ ਅਤੇ ਬਿਲਕੁਲ ਇਸ ਪਿੰਡ ਦੇ ਨਾਲ ਹੀ ਜਿਹੜਾ ਦੂਸਰਾ ਪਿੰਡ ਹੈ ਉਹਦਾ ਨਾਂ ਹੈ ਗਿੱਦਪੁਰ ਗਿੱਦਪੁਰ ਪਖਿਆਂ ਵਾਲਾ ਕਹਿੰਦੇ ਨੇ ਕਿ ਭਰਾ ਸਨ ਕੋਈ ਗਿੱਦੂ ਪੱਖੂ ਇਸ ਤਰ੍ਹਾਂ ਕਰਕੇ ਅਤੇ ਪੁਰਾਣੇ ਪਤਾ ਨਹੀਂ ਕਦੋਂ ਸਦੀਆਂ ਪਹਿਲਾਂ ਦੇ ਪਿੰਡ ਆਬਾਦ ਨੇ ਅਤੇ ਬਚਪਨ 'ਚ ਅਸੀਂ ਵੇਖਿਆ ਸੀ ਕਿ ਉਹ ਲੋਰੀ ਦੇਣ ਵਾਲੇ ਆਉਂਦੇ ਸਨ ਸੁਰੰਗੀ ਜੀ ਅਤੇ ਉਹ ਗਜ਼ ਹੋਣਾ ਇੱਕ ਨਾਲ ਚਿਮਟੇ ਵਾਲਾ ਹੋਣਾ ਅਤੇ ਉਹਨਾਂ ਚਿੱਟੇ ਜਿਹੇ ਕੱਪੜੇ ਹੋਣੇ ਨਾਲ ਇੱਕ ਝੋਲਾ ਜਿਹਾ ਪਾਇਆ ਹੋਣਾ ਅਤੇ ਉਹ ਲੋਕ ਇਹ ਸਨ ਕਿ ਉਹ ਲੋਰੀ ਦਿੰਦੇ ਸਨ ਜੇ ਇੱਕ ਢੋਲਕ ਹੁੰਦੀ ਸੀ ਅਤੇ ਸੁਰੰਗੀ ਹੁੰਦੀ ਸੀ ਇੱਕ ਚਿਮਟੇ ਵਾਲਾ ਤਰੇ ਜਾਂ ਦੋ ਬੰਦੇ ਹੁੰਦੇ ਸਨ ਅਤੇ ਨੂਰ ਸਾਹਿਬ ਨੂੰ ਮੈਂ ਬਚਪਨ ਤੋਂ ਵੇਖਿਆ ਅਤੇ ਬਾਕੀ ਗੱਲਬਾਤ ਇਹਨਾਂ ਨਾਲ ਕਰਨੇ ਆ ਕੈਸੇ ਹੋ ਬਾਬਾ ਜੀ ਬੰਦੇ ਰੱਬ ਦੇ ਹੋਰ ਕਰਦੇ ਅੱਛਾ ਠੀਕ ਠਾਕ ਹੋ ਆਹੋ ਅਤੇ ਕਿੰਨੀ ਉਮਰ ਹੋ ਗਈ ਮਾਸ਼ਾਅੱਲਾ 96 ਸਾਲ ਅੱਛਾ ਅੱਛਾ ਅਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਤੁਸੀਂ ਕਿੱਡੇ ਸੋ 23 ਸਾਲਾਂ ਦਾ ਇਹ ਗਿੱਦਪੁਰ ਤੇ ਸਿੱਖ ਵੀ ਮੇਰੇ ਖਿਆਲ 'ਚ ਰਹਿੰਦੇ ਸਨ ਆਹੋ ਇੱਥੇ ਰਹਿੰਦੇ ਉਹ ਵੀ ਸਿੱਧੂ ਹਨ ਉਹ ਸਿੱਧੂ ਸਨ ਅੱਛਾ ਕਿਸੇ ਦੇ ਨਾਂ ਯਾਦ ਨੇ ਤੁਹਾਨੂੰ ਆਹੋ ਕਿਹਦਾ ਕਿਹਦਾ ਲੈਂਦੀ ਭਾਈ ਸੁਖਵਿੰਦਰ ਸਿੰਘ ਅੱਛਾ ਅੱਛਾ ਅਜਤਲ ਕਿਸ਼ਨ ਸਿੰਘ ਚੜ੍ਹਦੀ ਬਾਈ ਅੱਛਾ ਅੱਛਾ ਕਿਸ਼ਨ ਸਿੰਘ ਬਿਸ਼ਨ ਸਿੰਘ ਲਾਲ ਸਿੰਘ ਅੱਛਾ ਖੜਕੂ ਭਗਤੂ ਅੱਛਾ ਅੱਛਾ ਗੰਡਾ ਸਿੰਘ ਮੂਲਾ ਸਿੰਘ ਤੇ ਲੂਲਾ ਲੂਲਾ ਆਹੋ ਉਹ ਲੂਲਾ ਹੋਏਗਾ ਤਦ ਲੂ ਆਹੋ ਤੇ ਸਿੱਖਾਂ ਦੇ ਕਿੰਨੇ ਕੁ ਘਰ ਸਨ ਘਰ ਤੇ ਤਰਾਈ ਸਨ ਅੱਛਾ 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 ਅਜਤਲ ਹਨ ਡੋਗਰੇ ਅੱਛਾ ਅੱਛਾ ਅੱਜ ਤੱਕ ਸਭੀ ਲੰਮੜ ਕੇ ਕੋ ਇਹ ਹਿੰਦੂ ਸਨ ਆਹੋ ਡੋਗਰੇ ਹਨ ਉਹ ਵੀ ਸਿੱਖ ਹੀ ਅੱਛਾ 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 ਇਹ ਫਿਰ ਜਦੋਂ ਪਾਕਿਸਤਾਨ ਬਣਿਆ ਤੇ ਟੁਰ ਗਏ ਇਹ ਜਾਣਾ ਚਾਹੁੰਦੇ ਹਨ ਪਿੰਡ ਵਾਲਿਆਂ ਨਹੀਂ ਰੋਕਿਆ ਕਿ ਤੁਸੀਂ ਨਾ ਜਾਓ ਇਹ ਰੋਕ ਤੱਕਦੇ ਨਹੀਂ ਹਣੇ ਆਉਂਦੇ ਹਨ ਸਾਡੀਆਂ 45 ਜੜ੍ਹਾਂ ਨੇ ਅੱਛਾ ਕਪੋਟੀ ਨੇ ਜਦੋਂ ਪੁੱਟਣ ਲੱਗੇ ਨੇ ਐਵੇਂ ਪੁੱਟਕਤੀਆਂ ਐਵੇਂ ਪੁੱਟਕਤੀਆਂ ਇਹ ਉਹ ਆ ਕੇ ਰਹਿ ਵੀ ਪਹਿਆ ਲਏ ਹਨ ਘੁੰਮਣ ਆ ਘੁੱਬਣਾ ਕਹੋ ਫਿਰ ਉਹ ਤੁਰ ਗਏ ਵਿਚਾਰੇ ਤੇ ਕਦੀ ਉਹਨਾਂ 'ਚੋਂ ਕੋਈ ਪਰਤ ਕੇ ਆਇਆ ਨਹੀਂ ਉਹਨਾਂ ਦੇ ਕੋਈ ਤੁਹਾਡੇ ਜਿਹੜੇ ਹਾਣ ਦੇ ਮੁੰਡੇ ਸੋ ਉਹ ਯਾਦ ਨੇ ਤੁਹਾਨੂੰ ਆਹੋ ਕੀ ਨਾਂ ਹੈ ਉਹਨਾਂ ਦਾ ਉਹਦੇ ਨਾਂ 'ਤੇ ਇੱਕ ਨਾਂ ਸੋਖੀ ਇੱਕ ਨਾਂ ਜੀਤਾ ਇੱਕ ਨਾਂ ਬਚਨ ਹਾਂ ਇੱਕ ਨਾਂ ਕਰਤਾਰ ਸਿੰਘ ਇਹਨਾਂ ਦਾ ਕੋਈ ਗੁਰਦੁਆਰਾ ਇੱਥੇ ਹੈ ਸੀ ਆਹੋ ਅੱਜ ਤੇ ਸਕੂਲ ਪਿਆ ਅੱਛਾ ਅੱਛਾ ਅੱਜ ਤੇ ਹੁਣ ਹਾਫਜ਼ ਅੱਛਾ ਅੱਛਾ ਮੌਲਵੀ ਅੱਛਾ ਇਹ ਦੱਸੋ ਕਿ ਤੁਹਾਨੂੰ ਕਦੀ ਯਾਦ ਆਏ ਨਹੀਂ ਤੁਹਾਡੇ ਆਪਣੇ ਯਾਰ ਦੋਸਤ ਬੇਲੀ ਜਿਹੜੇ ਉਹ ਸਿੱਖ ਸਨ ਨਾ ਪੁੱਤਰਾ ਅਸੀਂ ਗਏ ਤੇ ਨਾ ਉਹ ਆਏ ਉਹ ਕੈਸਾ ਸੀ ਉਦੋਂ ਲੋਕਾਂ ਦਾ ਮਿਲਣ ਵਰਤਨ ਕੈਸਾ ਸੀ ਅੱਛੇ ਬੰਦੇ ਸਨ ਤੇ ਫਰਕ ਹੋਇਆ ਸੀ ਕਿ ਬਈ ਇਹ ਮੁਸਲਮਾਨ ਹੈ ਤੇ ਸਿੱਖ ਹੈ ਤੇ ਫਲਾਣਾ ਫਰਕ ਨਹੀਂ ਸੀ ਜੇ ਅਸੀਂ ਨਮਾਜ਼ ਪੜ੍ਹਦੇ ਹਾਂ ਕੋਲ ਬਹਿ ਜਾਂਦੇ ਸਨ ਇੱਕ ਖੂਹੀ ਹੁੰਦੀ ਸਾਡੇ ਅੱਜ ਤੇ ਮਸਜਿਦ ਦੇ ਉੱਥੋਂ ਉਹ ਵੀ ਪਾਣੀ ਪੀਂਦੇ ਹਾਂ ਅਸੀਂ ਪਾਣੀ ਪੀਂਦੇ ਹਾਂ ਜਿਹੜੇ ਤੇਲੀ ਆਏ ਨੇ ਉੱਥੋਂ ਇੰਡੀਆ ਤੋਂ ਮਗਰੋਂ ਆਏ ਨੇ ਇੰਡੀਆ ਚੋਂ ਅੱਛਾ 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 ਹੁਣ ਤੇ ਤੇਲੀ ਬਹੁਤ ਨੇ ਤੁਹਾਡੇ ਪਿੰਡ ਬੱਲੇ ਬੱਲੇ ਤੇਲੀ ਵੱਡਿਆ ਨਹੀਂ ਮੁੱਕਦੇ ਅੱਛਾ 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 ਤੇਲੀ ਇਹ ਤੇਲੀ ਤੇ ਹਨ ਦੂਜੇ ਉੱਥੇ ਲੈ ਲਿਆ ਤਾਂ ਦੂਣ ਲਿਆ ਕੇ ਤੇ ਵੇਚਣ ਵਾਲੇ ਅੱਛਾ 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 ਉਹਨਾਂ ਲਿਆ ਹੀ ਛੱਡੇ ਮੈਂ ਤੇ ਮਾੜੀਆਂ ਉਹ ਮਿਲੇ ਹੁੱਕੇ ਤੇ ਇੱਕ ਨਾਲ ਜਾ ਇਹ ਕੀ ਤੁਸੀਂ ਸੁਣਾਇਆ ਦਾ ਕੀ ਮਤਲਬ ਹੈ ਉਹਨਾਂ ਇਹ ਖਾਤ ਕਲਿਆ ਸੀ ਉਹਨਾਂ ਸਿੱਖਾਂ ਨੇ ਸਰਦਾਰਾਂ ਨੇ ਸਰਦਾਰ ਅੱਛਾ ਤੇ ਇਹ ਤੁਸੀਂ ਦੱਸੋ ਕਿ ਜਦੋਂ ਤੁਸੀਂ ਜਿਹੜੀ ਸੁਰੰਗੀ ਸਿੱਖੀ ਲੋਰੀ ਪੜ੍ਹਾਈ ਕਿੱਥੋਂ ਤੁਸੀਂ ਸਿੱਖਿਆ ਆਪਣੇ ਬਾਪ ਕੋ ਅੱਛਾ ਅੱਛਾ ਤੇ ਉਹਨਾਂ ਕਿਹਦੇ ਕੋਲ ਸਿੱਖਿਆ ਉਹਨਾਂ ਸਾਹਿਬ ਆਪਣੇ ਕੋ ਅੱਛਾ 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 ਤੇ ਤੁਸੀਂ ਜ਼ਾਤ ਦੇ ਸ਼ੇਖ ਹੋ ਹਾਂ ਜੀ ਸ਼ੇਖ ਗਿੱਲ ਅੱਛਾ 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 ਆ ਵੀ ਗਿੱਲ ਅੱਛਾ 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 ਘੁੰਮਣਾ ਕੁੱਟੀਏ ਵੀ ਗਿੱਲ ਅੱਛਾ ਪੁੱਟਣਾ ਵਾਲੇ ਵੀ ਗਿੱਲ ਅੱਛਾ 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 ਬੀੜ ਵਾਲੇ ਵੀ ਗਿੱਲ ਅੱਛਾ ਉੱਤੋਂ ਵਾਰੀਏ ਵੀ ਗਿੱਲ ਰਾਜੋ ਕਿਆਂ ਵਾਲੇ ਵੀ ਗਿੱਲ ਅੱਛਾ ਤੇ ਹੈ ਸ਼ੇਖ ਨੇ ਤੇ ਇੱਥੇ ਤੁਸੀਂ ਜਦੋਂ ਪਾਕਿਸਤਾਨ ਬਣਿਆ ਉਦੋਂ ਵੀ ਲੋਰੀ ਦਿੰਦੇ ਸੀ ਤੁਹਾਡੇ ਜਿਹੜੇ ਸੰਗਤੀ ਸਨ ਉਹ ਕੌਣ ਕੌਣ ਸਨ ਸਾਡੇ ਸੰਗਤੀ ਹਨ ਮੇਰੇ ਸਰਦਾਰ ਸਰਾਜ ਧਿਆਨੀ ਘੋਟੀਆ ਅੱਛਾ ਉਹ ਤੁਹਾਡੇ ਕੋਲ ਆਉਂਦੇ ਸਨ ਫਿਰ ਤੁਸੀਂ ਇਕੱਠੇ ਜਾਂਦੇ ਹੋ ਅੱਛਾ ਅੱਛਾ ਅੱਛਾ
एक साधक कन्ना श्याम दा ही मर गया। ए बाकी सारे मर मुर गए मार छड़े। अच्छा। सराज हुंदा ओ किथे वे सराज किथों दा ओ ध्यानी कोट छंबड़िया आ गया। ओ की बजांदा सी ढोलक ओ अजी भी बजा लैंदा ते तुसी किस वेले ओही चिट्टे कपड़े पाओ हां ते कट्ठे दोवां दा मैं रिकॉर्ड करा। अच्छा इत्थे जिहड़े सन अपना आदम दराज जोगी हुंदे सन ए जोगी इत्थे बड़े जे जोगी नहीं बड़े ओह भोले ते की करदे सन जोगी मंत्र छंत्र हां मंत्र छंत्र मंत्र छंत्र की ए किते जाना पीर बन जाना। अच्छा अच्छा हां अच्छा पीर बणा ते अक मच्छी दे कंगे दी तलवार फड़ी ओ। अच्छा अच्छा तो काम करना पूरा यानी उन एक असल काम यानी ये भाई मांगते भी हां। अच्छा अच्छा यानी ये रंग ओ के जेडे भेसदारी है सर। हां यानी भेस बटा लेंदे सर किते पीर बन गए किते कीम बन गए। ये जोगियां दे वावा कारण है ना इथे ते जरा सानू आज लोरी दे सुनाओ। लोरी सुनावा सलंगी अपनी सरंगी आंदी जे आ वेख ते लवो ना ਜਾਨੀ ਚੱਟੀ ਅਰਜਾ ਕਾਟੀ ਸਰਵਰ ਜੋਦੇ ਅੱਗੇ ਉਹ ਤੁਝ ਦੇ ਨਾ ਉਹ ਪੁੱਤਰ ਦੇ ਨਾ ਬਾਹਰ ਖਟਾ ਨਾ ਗੱਦੇ ਮੈਂ ਤਾਂ ਤੇਰਾ ਸੋਹਣਿਆ ਪੀਰਾ ਸੁੱਕੀ ਡਾਲੀ ਫਲ ਲੱਗੇ ਲਾਲ ਨੂੰ ਵੱਧੇ ਮਾਲੋਰੀਆਂ ਉਹ ਲਾਲ ਕਾਇਓ ਲੁਕਦੇ ਆ ਨਹੀਂ ਉਹ ਭੜਕ ਮਾਰਦੇ ਭਾਈ ਓ ਲੱਖ ਰੁਪਇਆ ਢੇਰੀ ਕਰੀਏ ਬੱਚੇ ਲਾਉਂਦੇ ਨਹੀਂ ਓ ਇਹਦੇ ਗਾਤੜਾ ਗਾ ਇਹਦਾ ਕਰਮਾ ਵਾਲਾ ਦਾਦਾ ਓ ਰੱਬ ਕੀਤਾ ਹੁਣ ਵਾਦਾ ਲਾਲ ਨੂੰ ਮੈਂ ਤੇ ਮਾਲੋਰੀਆਂ ਓ ਲਾਲ ਕਾਇਓ ਲੁਕਦੇ ਆ ਨਹੀਂ ਓ ਭੜਕ ਮਾਰਦੇ ਭਾਈ ਓ ਲੱਖ ਰੁਪਇਆ ਢੇਰੀ ਕਰੀਏ ਬੱਚੇ ਲੱਭਦੇ ਨਹੀਂ ਓ ਥਈਆ ਦੇ ਪੁੱਤਰਾਂ ਦੀ ਜੋੜੀ ਰੋਜ਼ੇ ਆਵਾਂ ਤੇਰੇ ਦੌੜੀ ਓ ਰੋਜ਼ਾ ਤੇਰਾ ਥੋੜਾ ਬੜਿਆ ਹੀਰੇ ਨਾਲ ਮੋਤੀਆਂ ਜੜਿਆ ਹੁਣ ਮੈਂ ਪੱਲਾ ਤੇਰਾ ਫੜਿਆ ਮੇਰੀ ਆਪ ਚਾਦੇ ਅੜਿਆ ਦੇ ਆਵਾਂ ਤੇਰੇ ਲਾਲ ਨੂੰ ਮਾਤੇ ਮਾਲੋਰੀਆਂ ਆ ਬੱਚੇ ਨੇ ਇੱਕ ਫੌਜ ਹੋ ਗਿਆ ਦੂਜੇ ਫੈਕਟਰੀ 'ਚ ਨੇ ਪੋਤਰੇ ਵੀ। ਅੱਛਾ ਤੇ ਪੁੱਤਰ ਬੋਰੀਆਂ ਦੇ ਮੁਰੰਮਤ ਦਾ ਕੰਮ ਕਰਦਾ ਇੱਥੇ ਸੀਓ ਕੀ ਅੱਜ ਕੁੱਟ ਕੇ ਵੀ ਲੋਰੀ ਦਿਓਗੇ। ਆਹੋ ਚਲੋ ਫਿਰ ਦਿਓ ਲੋਰੀ ਦੇ ਮਾਮਾ ਖੜੀ ਵੇ ਲੋਰੀ ਦੇ ਮਾਮਾ ਖੜੀ ਮੇਰੇ ਕਮਲੀ ਵਾਲਿਆ ਜੀ ਮੇਰੇ ਕਮਲੀ ਵਾਲਿਆ ਜੀ ਸੌਂਜਾ ਘੜੀ ਜੀ ਕੜੀ ਮਾਦਾ ਦਲਾਰਾ ਬੀਬੀ ਆਮਨਾ ਦਾ ਤਾਰਾ ਪੂਰਾ ਚੱਲ ਦੀਆਂ ਪੱਕੇ ਮੌਲਾ ਦੀਆ ਦਿਲਦਾਰਾ ਤੇਰੇ ਝੂਲੇ ਦੀ ਟੋਲੀ ਤੇਰੇ ਝੂਲੇ ਦੀ ਟੋਲੀ ਜਿਬਰਾਹੀਲ ਨੇ ਫੜੀ ਲੁੱਟਦਾ ਚੰਨਾ ਤੇਰੇ ਹੁਸਨ ਦੇ ਨਜ਼ਾਰੇ ਤੇਰੇ ਜਲਵੇ ਦਰਾਨੀ ਜਗ ਜੋ ਬੇਹੱਦੇ ਨਿਤਾਰੇ ਤੇਰੇ ਜਲਵੇ ਨਰਾਨੀ ਜੋਗ ਜੋ ਬੇਹੱਦੇ ਨਿਤਾਰੇ ਕਜਬੂ ਤੇਰੇ ਨੂਰ ਦੀ ਜੀ ਮੋਤੀ ਫੁੱਲਾਂ ਨੂੰ ਚੜੀ ਤੇਰੇ ਧੂਲੇ ਦੀ ਡੋਲੀ ਸ਼ਿਵਰਾਈ ਨੇ ਫੜੀ ਉਹ ਚਾਨੀ ਚੱਟੀ ਅੱਡਾ ਕਾਦੀ ਸਰਵਰ ਜੋਦੇ ਅੱਗੇ ਲਾਲ ਨਾਲ ਦੇ ਮਾਲੋਰੀਆਂ।
तेरे लाला नालो तेरे लाला नालो सैयदे प्रसादी जोड़ी तेरे रोजे आवा जोड़ी तेरा रोजा सोना बनिया हीरे लाल हीरे लाल मोतियां जड़िया हुण मैं पल्ला तेरा फड़िया मेरी आप चली अड़िया आवा तेरे उंबरानी वाला तेरे लग आदा कालू भी चढ़ागा ए करमा वाला दादा रब किता वादा लोग देते ने मुबारखा होवे उंबरानी वाला उंबर तैयार।